ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ, ਮੈਂ ਤੁਹਾਡੇ ਨਾਲ ਗਾਇਨ ਮਹਾਜਨ ਤੇ ਅੱਜ ਦੇ ਬੁਲੇਟਿਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਖਬਰਾਂ ਵੱਲ ਰੁਕ ਕਰਨ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਹੈਡਲਾਈਨਸ ਤੇ। ਕੈਬਨਿਟ ਨੇ ਵਿੱਤੀ ਬਜਟ ਨੂੰ ਦੱਸਿਆ ਲਾਹੇਵੰਦ, ਆਰਥਿਕ ਮੰਦਹਾਲੀ ਦੇ ਗੇੜ 'ਚੋਂ ਬਾਹਰ ਕੱਢੇਗਾ ਬਜਟ। ਬ੍ਰਿਟੇਨ 'ਚ ਪਹਿਲੀ ਵਾਰ 27 ਮਾਰਚ ਨੂੰ ਮਨਾਇਆ ਜਾ ਰਿਹਾ ਦਸਤਾਰ ਦਿਹਾੜਾ, ਰਵਨੀਤ ਸਿੰਘ ਨਸਲੀ ਹਮਲੇ ਤੋਂ ਬਾਅਦ ਲਿਆ ਗਿਆ ਫੈਸਲਾ। ਵਿੱਤੀ ਬਜਟ ਨੂੰ ਲੈ ਕੇ ਬੋਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਪ੍ਰੋਫੈਸ਼ਨਲ ਟੈਕਸ ਨੂੰ ਦੱਸਿਆ ਸਰਕਾਰ ਦੀ ਇੱਕ ਮਜਬੂਰੀ। ਦੇਸ਼ 'ਚ ਧੂਮਧਾਮ ਨਾਲ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ, ਜਲੰਧਰ 'ਚ ਕੱਢੀ ਗਈ ਸ਼ੋਭਾ ਯਾਤਰਾ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ 'ਚ ਪੇਸ਼ ਕੀਤੇ ਗਏ 2018-19 ਦੇ ਬਜਟ ਨੂੰ ਇੱਕ ਹੋਰ ਮੀਲ ਪੱਥਰ ਕਰਾਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਸ ਨਾਲ ਬਹੁਪੱਖੀ ਵਿਕਾਸ ਨੂੰ ਹੁਲਾਰਾ ਮਿਲੇਗਾ। ਉਹਨਾਂ ਭਰੋਸਾ ਦਵਾਇਆ ਹੈ ਕਿ ਇਸ ਨਾਲ ਸੂਬਾ ਤਰੱਕੀ ਦੀ ਰਾਹ 'ਤੇ ਅੱਗੇ ਵਧੇਗਾ। ਅਕਾਲੀ ਭਾਜਪਾ ਦੇ ਗੜਚੋੜ ਵੱਲੋਂ ਸੂਬਾ ਬਜਟ ਦੀ ਆਲੋਚਨਾ ਕਰਨ 'ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਬਜਟ ਪੰਜਾਬ ਨੂੰ ਆਰਥਿਕ ਮੰਦਹਾਲੀ ਦੇ ਗੇੜ 'ਚੋਂ ਬਾਹਰ ਕੱਢਣ ਵਿੱਚ ਲਾਹੇਵੰਦ ਸਾਬਿਤ ਹੋਵੇਗਾ, ਕਿਉਂਕਿ ਸਾਬਕਾ ਅਕਾਲੀ ਸਰਕਾਰ ਦੀਆਂ ਨੀਤੀਆਂ ਪੰਜਾਬ ਨੂੰ ਲਗਾਤਾਰ ਆਰਥਿਕ ਸੰਕਟ ਵੱਲ ਧੱਕਦੀਆਂ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਅਤੇ ਭਾਜਪਾ ਨੂੰ ਚੁਣੌਤੀਆਂ ਦਿੰਦਿਆਂ ਕਿਹਾ ਹੈ ਕਿ ਉਹ ਆਪਣੀ 10 ਸਾਲਾਂ ਦੇ ਰਾਜ ਵਿੱਚ ਪੰਜਾਬ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ 'ਤੇ ਲਿਜਾਣ ਲਈ ਆਪਣੀ ਕਿਸੇ ਇੱਕ ਹੀ ਸਫਲਤਾ ਦਾ ਜ਼ਿਕਰ ਕਰਕੇ ਅਤੇ ਦੱਸਣ। ਉਹਨਾਂ ਕਿਹਾ ਹੈ ਕਿ ਗਲਤ ਨੀਤੀਆਂ ਕਾਰਨ ਅਕਾਲੀਆਂ ਨੇ ਪੰਜਾਬ ਦੇ ਅਰਥਚਾਰੇ ਨੂੰ ਲਗਾਤਾਰ ਤਬਾਹ ਕੀਤਾ, ਪਰ ਮੌਜੂਦਾ ਬਜਟ ਲੋਕਾਂ ਦੇ ਹਿੱਤ ਵਿੱਚ ਅਤੇ ਦੁਬਾਰਾ ਪੰਜਾਬ 'ਚ ਸਰਵਪੱਖੀ ਵਿਕਾਸ ਦਾ ਦੌਰ ਸ਼ੁਰੂ ਕਰੇਗਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਬਜਟ ਵਿੱਚ ਖੇਤੀਬਾੜੀ, ਉਦਯੋਗ, ਸਿਹਤ, ਸਿੱਖਿਆ, ਰੁਜ਼ਗਾਰ ਸਿਰਜਣ ਅਤੇ ਸਮਾਜ ਦੇ ਨਿਤਾੜੇ ਵਰਗ ਨੂੰ ਉੱਚਾ ਚੁੱਕਣ ਵੱਲ ਪੂਰਾ ਧਿਆਨ ਦਿੱਤਾ ਗਿਆ ਹੈ। ਨਸਲੀ ਵਿਤਕਰਿਆਂ ਨੂੰ ਰੋਕਣ ਲਈ ਇਤਿਹਾਸ 'ਚ ਪਹਿਲੀ ਵਾਰ 27 ਮਾਰਚ ਨੂੰ ਬ੍ਰਿਟੇਨ ਦੇ ਸੰਸਦ 'ਚ ਦਸਤਾਰ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦਿਨ ਸੰਸਦ ਦੇ ਸਾਰੇ ਮੈਂਬਰ ਪੱਗਾਂ ਬੰਨ੍ਹ ਕੇ ਆਉਣਗੇ। ਦਰਅਸਲ ਬ੍ਰਿਟੇਨ 'ਚ ਸੰਸਦ ਭਵਨ ਦੇ ਬਾਹਰ ਨੌਜਵਾਨ ਰਵਨੀਤ ਸਿੰਘ 'ਤੇ ਹੋਏ ਹਮਲੇ ਤੋਂ ਬਾਅਦ ਬ੍ਰਿਟੇਨ ਦੀ ਸੰਸਦ ਨੇ ਇਹ ਫੈਸਲਾ ਲਿਆ ਹੈ। ਦੱਸਣਯੋਗ ਹੈ ਕਿ ਰਵਨੀਤ ਸਿੰਘ ਬ੍ਰਿਟੇਨ 'ਚ ਨਸਲੀ ਵਿਤਕਰੇ ਦਾ ਸ਼ਿਕਾਰ ਹੋਇਆ ਸੀ, ਜਿਸ ਦੇ ਰੋਸ ਵਜੋਂ ਸੰਸਦ ਭਵਨ 'ਚ ਇਹ ਮੁੱਦਾ ਚੁੱਕਿਆ ਗਿਆ ਸੀ। ਇਸ ਤੋਂ ਬਾਅਦ ਸੰਸਦ ਦੇ ਸਪੀਕਰ ਨੇ ਰਵਨੀਤ ਸਿੰਘ ਤੋਂ ਮੁਆਫ਼ੀ ਮੰਗੀ ਅਤੇ ਨਾਲ ਹੀ ਦਸਤਾਰ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ। ਜਿਹੜਾ 27 ਤਰੀਕ ਨੂੰ ਉੱਥੇ ਟਰਬਨ ਡੇ ਹੈ, ਜਿਵੇਂ ਜੀ ਕੇ ਵੀਰ ਜੀ ਨੇ ਦੱਸਿਆ ਕਿ ਉਹ ਪਾਰਲੀਮੈਂਟ ਦੇ ਅੰਦਰ ਇੱਕ ਹੈ, ਪਹਿਲਾਂ 9 ਤੋਂ 12 ਵਜੇ ਜਿਹੜੇ ਮੈਂਬਰ ਪਾਰਲੀਮੈਂਟਸ ਨੇ ਉਹਨਾਂ ਨੂੰ ਦਸਤਾਰਾਂ ਸਜਾਈਆਂ ਜਾਣੀਆਂ। ਇਹ ਕਿਤੇ ਵੀ ਦੁਨੀਆ 'ਚ ਨਹੀਂ ਦੇਖੀ ਗਈ ਇਹੋ ਜਿਹੀ ਐਗਜ਼ੈਂਪਲ। ਜਿਹੜੀ ਤਨਮਨਜੀਤ ਸਿੰਘ ਢੇਸੀ ਜੀ ਦੀ ਲੀਡਰਸ਼ਿਪ ਦੇ ਅੰਡਰ ਜਿਹੜੀ ਇਹ ਗੱਲ ਹੋਈ ਹੈ ਅਤੇ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੋਂ ਜਿਹੜੇ ਸਟੈਂਡ ਲਿਆ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ। ਅਤੇ ਇਹ ਸਾਰਾ ਜਿਹੜਾ ਸਿਹਰਾ ਜਾਂਦਾ ਇਹ UK ਪਾਰਲੀਮੈਂਟ ਅਤੇ ਉੱਥੋਂ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਇਹ ਉਹਨਾਂ ਨੂੰ ਜਾਂਦਾ, ਇੱਥੋਂ ਦੀਆਂ ਸਿੱਖ ਜਥੇਬੰਦੀਆਂ ਨੂੰ ਜਾਂਦਾ ਜਿਨ੍ਹਾਂ ਨੇ ਹੇਟ ਦੇ ਵਿਰੁੱਧ ਇਹ ਸਟੈਂਡ ਲਿਆ। ਦਿੱਲੀ ਗੁਰਦੁਆਰਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿਵੇਂ ਟਰਬਨ ਡੇ ਬਾਕੀ ਦੇਸ਼ਾਂ 'ਚ ਮਨਾਇਆ ਜਾਂਦਾ, ਕਨੌਟ ਪਲੇਸ ਸੈਂਟਰਲ ਪਾਰਕ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ, ਔਰ ਉਸ ਵੇਲੇ ਮਨਾਇਆ ਜਾਏਗਾ ਜਦੋਂ ਇੰਟਰਨੈਸ਼ਨਲ ਟੂਰਿਸਟ ਦੀ ਪੀਕ ਹੋਏਗੀ। ਇੱਕ ਬਹੁਤ ਵੱਡਾ ਅਸੀਂ ਟਰਬਨ ਡੇ ਮਨਾਵਾਂਗੇ ਤਾਂ ਕਿ ਦੁਨੀਆ ਨੂੰ ਮੈਸੇਜ ਦੇ ਦੇਈਏ ਕਿ ਸਿੱਖ ਕੌਣ ਨੇ, ਦਸਤਾਰ ਦਾ ਕੀ ਮਤਲਬ ਹੈਗਾ, ਔਰ ਇਹ ਦਸਤਾਰ ਉਹ ਹੈ ਜਿਹਦੇ ਕਰਕੇ ਅੱਜ ਯੂਰਪ ਦਾ ਵਜੂਦ ਹੈ, ਇਹ ਦਸਤਾਰ ਉਹ ਹੈ ਜਿਹਦੇ ਕਰਕੇ ਅੱਜ ਹਿੰਦੁਸਤਾਨ ਦਾ ਵਜੂਦ ਹੈ। ਔਰ ਮੈਂ ਸਮਝਦਾ ਕਿ ਜੇ ਲੋਕਾਂ ਨੂੰ ਦਸਤਾਰ ਬਾਰੇ ਨਹੀਂ ਪਤਾ, ਗਵਰਨਮੈਂਟ ਆਫ ਇੰਡੀਆ ਇਸ 'ਤੇ ਜ਼ਰੂਰ ਕੰਮ ਕਰੇ, ਪਰ ਜੋ ਸਾਡੀ ਡਿਊਟੀ ਹੈ ਅਸੀਂ ਜ਼ਰੂਰ ਪੂਰੀ ਕਰਾਂਗੇ। ਪੰਜਾਬ ਵਿਧਾਨ ਸਭਾ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਵਿੱਤੀ ਬਜਟ 2018-19 ਨੂੰ ਲੈ ਕੇ ਵਿਸ਼ਲੇਸ਼ਣ ਕੀਤਾ ਜਾ ਰਿਹਾ। ਹਾਲਾਂਕਿ ਵਿੱਤੀ ਬਜਟ ਨੂੰ ਲੈ ਕੇ ਪਾਰਟੀਆਂ ਅਜੇ ਵੀ ਇੱਕ ਦੂਜੇ 'ਤੇ ਬਿਆਨਬਾਜ਼ੀ ਕਰ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਨਜੀਠੀਆ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਰਕਾਰ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਨੇ ਜਿਸ ਨਾਲ ਸੂਬਾ ਆਤਮ ਨਿਰਭਰ ਬਣੇ। ਨਾਲ ਹੀ ਉਹਨਾਂ ਕਿਹਾ ਕਿ ਜਿੱਥੇ ਤੱਕ ਪੰਜਾਬ ਦੇ ਬਜਟ ਦੀ ਗੱਲ ਹੈ, ਪ੍ਰੋਫੈਸ਼ਨਲ ਟੈਕਸ ਸਰਕਾਰ ਦੀ ਇੱਕ ਮਜਬੂਰੀ ਹੈ, ਕਿਉਂਕਿ ਸਰਕਾਰ ਨੂੰ ਚਲਾਉਣ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ। ਜਿੱਥੇ ਹਾਲ ਹੀ 'ਚ ਸਿੱਧੂ ਨੇ ਕੇਜਰੀਵਾਲ 'ਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਕੇਜਰੀਵਾਲ ਦਿੱਲੀ 'ਚ ਬੈਠ ਕੇ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾਉਣਾ ਚਾਹੁੰਦੇ ਨੇ। ਉੱਧਰ ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਨਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਕਿਸਾਨ, ਦਲਿਤ ਅਤੇ ਨੌਜਵਾਨਾਂ ਦੇ ਹਿੱਤਾਂ ਦੇ ਵਿਰੋਧੀ ਹੈ। ਦੇਖੋ, ਗੱਲ ਇਹ ਹੈ ਕਿ ਆਪਸ਼ਨਾਂ ਹੋਰ ਬੜੀਆਂ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ ਜਿਉਂ ਸਮਾਂ ਵੱਧਦਾ ਜਾਊਗਾ ਅਸੀਂ ਐਸੇ ਪ੍ਰਬੰਧ ਕਰਾਂਗੇ ਕਿ ਸਾਡਾ ਜਿਹੜਾ ਇਹ ਸੂਬਾ ਹੈ ਉਹ ਆਤਮ ਨਿਰਭਰ ਹੋ ਸਕੇ। ਔਰ ਜਿੱਥੇ ਤੱਕ ਪ੍ਰੋਫੈਸ਼ਨਲ ਟੈਕਸ ਦੀ ਲੋੜ ਹੈ, ਮੈਨੂੰ ਲੱਗਦਾ ਕਿ ਮਜਬੂਰੀ ਹੈ, ਇੱਕ ਐਸੀ ਅਵਸਥਾ ਹੈ ਜਿੱਥੇ
ਪੈਸੇ ਚਾਹੀਦੇ ਆ ਸਟੇਟ ਨੂੰ ਚਲਾਉਣ ਦੇ ਲਈ। ਦੇਖੋ ਸਰਕਾਰਾਂ ਭਮਰੇ ਵਾਂਗ ਹੁੰਦੀਆਂ ਨੇ ਕਿ ਫੁੱਲਾਂ ਤੋਂ ਰਸ ਵੀ ਲੈ ਲੈਂਦੀਆਂ ਨੇ ਔਰ ਫੁੱਲ ਵੀ ਖਿੜੇ ਰਹਿੰਦੇ ਆ। ਇਸ ਕਰਕੇ ਕੋਈ ਜ਼ਿਆਦਾ ਵੱਡੀ ਰਕਮ ਨਹੀਂ ਹੈ, ਲੇਕਿਨ ਅਸੀਂ ਪ੍ਰਯਾਸ ਕਰਾਂਗੇ ਕਿ ਜੇ ਫੰਡ ਮਾਈਨਿੰਗ ਤੋਂ ਆ ਸਕਣ, ਐਕਸਾਈਜ਼ ਤੋਂ ਆ ਸਕਣ, ਬੱਸਾਂ ਤੋਂ ਆ ਸਕਣ, ਹਾਂਜੀ, ਔਰ ਇਹੋ ਜਿਹੀਆਂ ਕਈ ਚੀਜ਼ਾਂ ਨੇ, ਇਨਵੈਸਟਮੈਂਟ ਤੋਂ ਆ ਸਕਣ, ਕਿਉਂਕਿ ਇੰਨਾ ਕੁ ਖਲਾਰਾ ਪਿਆ ਹੋਇਆ ਸੀਗਾ, ਇਹਨੂੰ ਸਮੇਟਣਾ ਬੜਾ ਜ਼ਰੂਰੀ ਸੀ। ਲੇਕਿਨ ਇਹਦੇ ਬਾਵਜੂਦ ਵੀ ਇੱਕ ਬੜੀ ਵੱਡੀ ਆਪਸ਼ਨ ਹੈ, ਕੇਬਲ, ਸ਼ਰਾਬ, ਸੈਂਡ ਮਾਈਨਿੰਗ, ਬੱਸਾਂ। ਹਰਿਆਣਾ 3,000 ਕਰੋੜ ਰੁਪਈਏ ਕਮਾਉਂਦਾ ਬੱਸਾਂ ਤੋਂ, ਸਾਡੇ ਤੋਂ ਛੋਟਾ ਸਟੇਟ ਹੈ, 3,700 ਕਰੋੜ ਰੁਪਈਆ, ਹਾਂਜੀ। ਤਾਮਿਲਨਾਡੂ 32,000 ਕਰੋੜ ਰੁਪਈਆ ਸ਼ਰਾਬ ਤੋਂ ਕਮਾਉਂਦਾ, ਸੈਂਡ ਮਾਈਨਿੰਗ ਤੋਂ ਉੜੀਸਾ 3,000 ਕਰੋੜ ਰੁਪਈਏ ਤੋਂ ਉੱਤੇ ਕਮਾਉਂਦਾ, ਅਤੇ ਜੇ ਮਾਈਨਿੰਗ ਦੀ ਗੱਲ ਦੇਖੋ 6,000 ਕਰੋੜ ਰੁਪਈਏ ਕਮਾਉਂਦਾ। ਐਡਵਰਟਾਈਜ਼ਮੈਂਟ ਪੋਲਿਸੀ 'ਚ 200 ਕਰੋੜ ਰੁਪਈਆ ਆਊਗਾ। ਲੇਕਿਨ ਕਿਉਂਕਿ ਅਸੀਂ ਵਿਰਾਸਤ ਦੇ ਵਿੱਚ ਇੰਨੇ ਬੋਝ ਲਏ ਆ, ਉਹਨਾਂ ਨੂੰ ਚੁੱਕਣ ਲਈ ਸਾਰਿਆਂ ਨੂੰ ਸਹਿਯੋਗ ਦੇਣਾ ਪਊਗਾ। ਹੋਰ ਬੜੇ ਹੱਲ ਨੇ ਜਿਹੜੇ ਕਿ ਮੈਨੂੰ ਲੱਗਦਾ 6-7 ਮਹੀਨੇ 'ਚ ਨਿਕਲਣਗੇ। ਦੇਖੋ ਮੇਰੀ ਇੱਕ ਗੱਲ ਨੂੰ ਸੁਣੋ, ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ। ਕੇਜਰੀਵਾਲ ਸਾਹਿਬ ਲੁਧਿਆਣੇ ਦੇ ਇਲੈਕਸ਼ਨ 'ਚ 1 ਸੀਟ ਲੈ ਸਕੇ ਨੇ 90 ਸੀਟਾਂ 'ਚੋਂ, ਉਹਨਾਂ ਦਾ ਰਿਜ਼ਲਟ 3% ਵੀ ਨਹੀਂ, 2% ਵੀ ਨਹੀਂ। ਸੋ ਲੋਕ ਉਹਨਾਂ ਦੇ ਜਿਹੜੇ ਛਲਾਵੇ ਨੇ ਉਹਨਾਂ ਨੂੰ ਸਮਝ ਗਏ ਆ, ਲੋਕ ਉਹਨਾਂ ਦੇ ਸ਼ੁਰਲੀਆਂ ਜਿਹੜੀਆਂ ਨੇ ਉਹ ਸਮਝ ਗਏ ਆ, ਲੋਕ ਇਹ ਸਮਝ ਗਏ ਆ ਕਿ ਉਹ ਦਿੱਲੀਓਂ ਰਿਮੋਟ ਕੰਟਰੋਲ ਦੇ ਨਾਲ ਪੰਜਾਬ ਨੂੰ ਚਲਾਉਣਾ ਚਾਹੁੰਦੇ ਆ। ਪਰ ਉੱਥੇ ਉਹਨਾਂ ਕੋਲ ਪੁਲਿਸ ਨਹੀਂ ਸੀ, ਇੱਥੇ ਪੁਲਿਸ ਦੇ ਮਾਰੇ ਭੱਜੇ ਆਉਂਦੇ ਸੀਗੇ, ਔਰ ਆਪਣੀ ਦਿੱਲੀ ਦੀ ਜਿਹੜੀ ਸਲਤਨਤ ਆ ਇੱਥੇ ਕਾਇਮ ਕਰਨਾ ਚਾਹੁੰਦੇ ਸੀਗੇ। ਪੰਜਾਬ ਦੇ ਲੋਕ ਸਿਆਣੇ ਨੇ, ਨਿਆਣੇ ਨਹੀਂ। ਇਸ ਕਰਕੇ ਮੈਂ ਸਹੀ ਕਿਹਾ ਸੀ ਕਿ ਕਿਆ ਮਿਲੀ ਹੈ ਐਸੇ ਲੋਕੋਂ ਸੇ ਜਿਨਕੀ ਫਿਤਰਤ ਛੁਪੀ ਰਹੇ, ਨਕਲੀ ਚਿਹਰਾ ਸਾਹਮਣੇ ਆਏ, ਅਸਲੀ ਸੂਰਤ ਦਿਖੀ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਿਆਨਬਾਜ਼ੀ ਕੀਤੀ। ਉਹਨਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਨੂੰ ਦਿਸ਼ਾਹੀਨ, ਅਰਥਹੀਨ ਅਤੇ ਦ੍ਰਿਸ਼ਟੀ ਤੋਂ ਸੱਖਣਾ ਬਜਟ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਵੱਲੋਂ ਕਿਸਾਨਾਂ, ਦਲਿਤਾਂ, ਗਰੀਬਾਂ, ਨੌਜਵਾਨਾਂ, ਕਰਮਚਾਰੀਆਂ ਅਤੇ ਲਾਚਾਰ ਸੀਨੀਅਰ ਨਾਗਰਿਕਾਂ ਨਾਲ ਕੀਤੇ ਵਿਸ਼ਵਾਸਘਾਤ ਦਾ ਦਸਤਾਵੇਜ਼ ਹੈ। ਉਹਨਾਂ ਕਿਹਾ ਕਿ ਇਹ ਕਿਸੇ ਵੀ ਪੱਖੋਂ ਇੱਕ ਆਰਥਿਕ ਦਸਤਾਵੇਜ਼ ਨਹੀਂ ਲੱਗਦਾ, ਇਸ ਵਿੱਚ ਸਰਕਾਰ ਦੇ ਅਖੌਤੀ ਇਰਾਦੇ ਬਾਰੇ ਬੇਬੁਨਿਆਦ ਅਤੇ ਖੋਖਲੀ ਬਿਆਨਬਾਜ਼ੀ ਕੀਤੀ ਗਈ ਹੈ। ਇਸ ਤੋਂ ਸਪੱਸ਼ਟ ਹੈ ਕਿ ਇਸ ਵਿੱਚ ਕੋਈ ਆਰਥਿਕ ਤੁਕ ਯੋਜਨਾਬੰਦੀ ਕਰਨ ਦਾ ਜਾਂ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਨੀਤੀਆਂ ਅਤੇ ਪ੍ਰੋਗਰਾਮ ਬਣਾਉਣ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਇੰਨਾ ਗੈਰ ਸੰਜੀਦਾ ਬਜਟ ਨਹੀਂ ਪੜਿਆ ਹੈ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਵਿੱਤੀ ਬਜਟ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਜਟ ਪੰਜਾਬ ਦੇ ਕਿਸਾਨਾਂ ਤੋਂ ਲੋਕਾਂ ਦੇ ਨਾਲ ਧੋਖਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕਿਸਾਨਾਂ ਦੇ ਨਾਲ ਕੀਤੇ ਸੀ ਉਹਨਾਂ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਨਾਲ ਹੀ ਉਹਨਾਂ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਪੂਰਾ ਕਰਜ਼ ਮੁਆਫ ਕਰਨ ਦੀ ਗੱਲ ਕਹੀ ਜਾ ਰਹੀ ਹੈ, ਉੱਧਰ ਦੂਜੇ ਪਾਸੇ ਪੰਜਾਬ ਸਰਕਾਰ ਇਸ ਨੂੰ 100 ਕਰੋੜ 'ਚ ਨਿਪਟਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਪੰਜਾਬ ਦੇ ਲੋਕਾਂ 'ਤੇ ਲਾਏ ਜਾਣ ਵਾਲੇ ਪ੍ਰੋਫੈਸ਼ਨਲ ਟੈਕਸ ਬਾਰੇ ਕਿਹਾ ਕਿ ਟੈਕਸ ਪੰਜਾਬ ਦੀ ਜਨਤਾ 'ਤੇ ਬੋਝ ਹੈ। ਰਾਮਨਵਮੀ ਦੇ ਇਸ ਪਵਿੱਤਰ ਤਿਉਹਾਰ ਮੌਕੇ ਜਲੰਧਰ 'ਚ ਸ਼੍ਰੀ ਦੇਵੀ ਤਲਾਬ ਪ੍ਰਧਾਨ ਕਮੇਟੀ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਰਸਤਿਆਂ ਤੋਂ ਗੁਜ਼ਰੀ, ਜਿੱਥੇ ਲੋਕਾਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ। ਸ਼ੋਭਾ ਯਾਤਰਾ ਧਾਰਮਿਕ ਝਾਂਕੀਆਂ ਦੇ ਨਾਲ ਰਾਮਨੌਮੀ ਦੀ ਸ਼ੋਭਾ ਯਾਤਰਾ ਕੱਢੀ ਗਈ। ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਅਤੇ ਉਹਨਾਂ ਵੱਲੋਂ ਭਗਵਾਨ ਰਾਮ ਦੇ ਜੈਕਾਰੇ ਵੀ ਲਾਏ ਜਾ ਰਹੇ ਸੀ। ਸ਼ੋਭਾ ਯਾਤਰਾ 'ਚ ਪਹੁੰਚੇ ਭਾਜਪਾ ਆਗੂ ਕ੍ਰਿਸ਼ਨ ਦੇਵ ਭੰਡਾਰੀ ਨੇ ਸਾਰਿਆਂ ਨੂੰ ਰਾਮਨੌਮੀ ਦੀ ਵਧਾਈ ਦਿੱਤੀ ਅਤੇ ਰਲ ਮਿਲ ਕੇ ਰਹਿਣ ਦੀ ਗੱਲ ਵੀ ਆਖੀ। ਜਲੰਧਰ ਸ਼ਹਿਰ ਦੇ ਵਿੱਚ ਬਹੁਤ ਹੀ ਵਿਸ਼ਾਲ ਰਾਮਨੌਮੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ। ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਹੀ ਵਧਾਈ ਦਿੰਦਾ ਮੈਂ, ਔਰ ਆਸ ਕਰਦਾ ਮੈਂ ਕਿ ਅਸੀਂ ਸਾਰੇ ਰਲ ਕੇ ਇੱਦਾਂ ਹੀ ਧਰਮ ਅਤੇ ਸਮਾਜ ਦੀ ਸੇਵਾ ਕਰੀਏ। ਜੋ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਨੇ ਸਾਨੂੰ ਪੂਰਨੇ ਪਾਏ ਆ, ਅਸੀਂ ਉੱਥੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ। ਮੈਂ ਸ਼੍ਰੀ ਦੇਵੀ ਤਲਾਬ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਹਰ ਸਾਲ ਇਹ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਨਿਕਾਲ ਕੇ। ਇਸ ਦੇ ਨਾਲ ਹੀ ਬੁਲੇਟਿਨ 'ਚ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੋਵਾਂਗੇ, ਤੁਸੀਂ ਬਣ ਰਹੋ ਸਾਂਝਾ ਟੀਵੀ ਦੇ ਨਾਲ।